खुदावन आपके साथ हो। इंजील मुकद्दस मुकद्दस मरकस के मुताबिक मुकद्दस मरकस की इंजील उसका 8वां बाब उसकी 27वीं आयत से लेकर फिर यसु और उसके शागिर्द कैसरिया फिलिपी के गांव में चले गए और राह में उसने अपने शागिर्दों से सवाल किया और उनसे कहा, लोग मुझे क्या कहते हैं, लोग मुझे क्या कहते हैं। तब उन्होंने उसके जवाब में कहा, कोई कहता है यूहन्ना इस्तबागी, बास इलियास और बास नबियों में से कोई। फिर उसने उनसे पूछा, लेकिन तू मुझे क्या कहते हो। पत्रस ने जवाब में उससे कहा कि तू अल मसीह है। तब उसने उन्हें ताकीद की कि मेरी बाबत किसी से ये ना कहना। फिर वो उन्हें समझाने लगा कि जरूर है कि इब्ने इंसान बहुत दुख उठाए और बुजुर्गों और सरदार काहिनों और फकीरों से रद्द किया जाए और कत्ल किया जाए और 3 दिन के बाद जी उठे। उसने ये बात साफ साफ कही। इस पर पतरस उसे अलग ले जाकर इतराज करने लगा, मगर उसने फिर कहा और शिगिर्दों पर निगाह करके पतरस को झिड़का और कहा, आय शैतान मेरे सामने से दूर हो, क्योंकि तू खुदा की बातों का नहीं बल्कि आदमियों की बातों का ख्याल रखता है। पाक अंजील के वसीले से हम सब की खताएं मुआफ़ की जाए। मसीह विच मेरे अज़ीज़ो, आज मुकद्दस यकूब रसूल दे खत चों तलावत की गई है, जिदे ते असी गौर करांगे। ईमान सुनियो जरा, ईमान इमाल के बगैर मुर्दा है। डराओगे मेरे नाल, ईमान इमाल के बगैर मुर्दा। ये पालूस रसूल नहीं कह रहा, यकूब रसूल, ठीक है, यकूब रसूल ये भी यसु के शागिर्दों में से था। वो कह रहे हैं ईमान इमाल के बगैर मुर्दा। ईमान की है पहले दी गल कर ली, ईमान है अनदेखी चीजा ते यकीन करना, कबूल करना। ए माइक मेरे सामने पिया है, ए देखी के अनदेखी चीज है, बोलो देखी। ए पखा देखी के अनदेखी है, देखी देखी के लिए जिन्हों असी वेख सकने, छू सकने, सुंग सकने, चख सकने, लेकिन अनदेखी के लिए खुदा नजर नहीं आता, उन्हें वेख नहीं सकते, उन्हें छू नहीं सकते। नहीं अपने हथा इंज नहीं जिमें मैं इस माइक न छू रहा, इंज खुदा नहीं, क्योंकि कैथलिक कलीसिया सानू सिखाती है खुदा रूह है, ना नजर आती ना दिखाई देती ना।
ਫਿਰ ਵੀ ਅਸੀਂ ਮੰਨਦੇ ਹਾਂ ਕਿ ਖੁਦਾ ਹੈ। ਇਸ ਪਾਵਰ ਨੂੰ, ਇਸ ਤਾਕਤ ਨੂੰ ਮੰਨ ਲੈਣਾ, ਮੰਨ ਲੈਣ ਦੀ ਤਾਕਤ ਨੂੰ, ਉਸ ਚੀਜ਼ ਨੂੰ ਮੰਨ ਲੈਣਾ ਜਿਹਨੂੰ ਵੇਖ ਵੀ ਨਹੀਂ ਸਕਦੇ, ਇਹਨੂੰ ਅਸੀਂ ਕਹਿੰਦੇ ਹਾਂ ਇਮਾਨ। ਕੀ ਕਹਿੰਦੇ ਜੀ? ਇਮਾਨ ਪਾਵਰ ਜੇ, ਤਾਕਤ ਜੇ। ਕਾਹਦੀ? ਵੇਂਦਾ ਵੀ ਨਹੀਂ ਤੇ ਫਿਰ ਵੀ ਮੰਨ ਲੈਂਦਾ ਵਾ। ਕਿਸੇ ਨੇ ਖੁਦਾ ਨੂੰ ਵੇਖਿਆ ਕਦੀ? ਕਦੀ ਵੇਖਿਆ ਜੇ? ਮੈਂ ਤਾਂ ਨਹੀਂ ਵੇਖਿਆ। ਤਾਂ ਵੇਖਿਆ ਨਹੀਂ, ਫਿਰ ਵੀ ਗਿਰਜੇ ਆਏ ਆ। ਕਿਹਦੇ ਕੋਲ ਦੁਆ ਕਰਨਾ ਹੈ? ਖੁਦਾ ਕੋਲ। ਕਿਹੜੀ ਤਾਕਤ ਸਰ, ਕਿਹੜੀ ਤਾਕਤ ਹੈ ਜਿਹੜੀ ਸਾਨੂੰ ਇੱਥੇ ਲੈ ਕੇ ਆਈ ਹੈ? ਇਮਾਨ। ਇਮਾਨ ਸਾਨੂੰ, ਇਮਾਨ ਦੀ ਪਾਵਰ, ਇਮਾਨ ਦੀ ਤਾਕਤ ਇੱਥੇ ਲੈ ਕੇ ਆਈ ਹੈ ਕਿ ਖੁਦਾ ਹੈ, ਸਭ ਦਾ ਖਾਲਿਕ ਅਤੇ ਮਾਲਿਕ ਹੈ, ਜ਼ਿੰਦਗੀ ਦੇਣ ਵਾਲਾ ਹੈ, ਸਭ ਦੀ ਸੁਣਨ ਵਾਲਾ, ਸਭ ਨੂੰ ਰਿਜ਼ਕ ਦੇਣ ਵਾਲਾ, ਸਭ ਨੂੰ ਪਾਲਣ ਵਾਲਾ, ਸਭ ਨੂੰ ਸੰਭਾਲਣ ਵਾਲਾ, ਨਜ਼ਰ ਵੀ ਨਹੀਂ ਆਉਂਦਾ, ਫਿਰ ਵੀ ਇਮਾਨ ਰੱਖਦੇ ਹਾਂ ਕਿ ਉਹ ਹਸਤੀ, ਉਹ ਖੁਦਾ, ਉਹ ਵਜੂਦ ਜਿਹਦਾ ਨਾਂ ਖੁਦਾ ਹੈ, ਸਾਡੇ ਦਰਮਿਆਨ ਮੌਜੂਦ ਹੈ। ਜਹਾਂ ਦੋ ਜਾਂ ਤਿੰਨ ਮੇਰਾ ਨਾਮ ਲੈ ਕੇ ਜਮ੍ਹਾਂ ਹੋਗੇ, ਮੈਂ ਵਹਾਂ ਪਰ ਖੁਦਾ ਹਾਜ਼ਰ ਹੈ ਕਿ ਨਹੀਂ? ਨਜ਼ਰ ਨਹੀਂ ਆ ਰਿਹਾ, ਨਹੀਂ ਆ ਰਿਹਾ, ਪਰ ਫਿਰ ਵੀ ਅਸੀਂ ਮੰਨਦੇ ਹਾਂ ਖੁਦਾ ਹੈ। ਖੁਦਾ ਨੇ ਦੋ ਸਾਰੇ ਨਿਸ਼ਾਨ ਵੀ ਸਾਨੂੰ ਦਿੱਤੇ ਨੇ ਅੱਜ ਦੇ ਇਸ ਚਰਚ ਵਿੱਚ। ਪਹਿਲਾਂ ਆਪਣਾ ਕਲਾਮ, ਤੇਰਾ ਕਲਾਮ ਮੇਰੇ ਕਦਮੋਂ ਕੇ ਲੀਏ ਚਿਰਾਗ ਔਰ ਮੇਰੀ ਰਾਹ ਕੇ ਲੀਏ। ਦੂਸਰਾ ਬਈ ਅੱਜ ਦੱਸੋ, ਤਾਲੀਮ ਦਿੰਦਾ ਰਹਿਣਾ, ਦੂਸਰਾ ਨਿਸ਼ਾਨ ਕਿਹੜਾ? ਹਾਂ ਸ਼ਾਬਾਸ਼, ਬੋਲੋ ਬੋਲੋ। ਪਾਕ ਸ਼ਰਾਕਤ, ਯਸੂ ਦਾ ਪਾਕ ਬਦਨ। ਇਹ ਸਾਹਮਣੇ ਵੇਖੋ, ਖੁਦਾ ਕਾਹਦੇ 'ਚ ਮੌਜੂਦ ਹੈ? ਕਲਾਮ 'ਚ ਹੈ। ਖੁਦਾ ਕਾਹਦੇ 'ਚ ਮੌਜੂਦ ਹੈ? ਪਾਕ ਸ਼ਰਾਕਤ। ਲੁਕਾਓ ਯੇ ਮੇਰਾ ਬਦਨ ਔਰ ਲੁਪੀਓ ਯੇ ਮੇਰਾ ਖੂਨ ਹੈ। ਅਸੀਂ ਬਿਨ ਦੇਖੇ ਖੁਦਾ 'ਤੇ ਇਮਾਨ ਰੱਖਦੇ ਹਾਂ, ਉਹਨੂੰ ਕਬੂਲ ਕਰਦੇ ਹਾਂ। ਇਹ ਪਾਵਰ ਨੂੰ ਨਾ, ਇਹ ਪਾਵਰ ਨੂੰ ਇਮਾਨ ਕਹਿੰਦੇ ਨੇ। ਅੱਛਾ, ਹੁਣ ਧਿਆਨ ਨਾਲ ਸੁਣਿਓ ਜ਼ਰਾ, ਯਕੀਨ 'ਚ ਅਤੇ ਇਮਾਨ 'ਚ ਕੀ ਫਰਕ ਹੈ? ਯਕੀਨ ਅਤੇ ਇਮਾਨ, ਇਹ ਮੇਰੇ ਸਾਹਮਣੇ ਮਾਈਕ ਪਿਆ ਹੈ। ਮੈਂ ਇਮਾਨ ਦੇ ਨਾਲ ਕਹਿ ਰਿਹਾ ਕਿ ਯਕੀਨ ਦੇ ਨਾਲ ਕਹਿ ਰਿਹਾ? ਯਕੀਨਨ, ਯਕੀਨ ਹੈ, ਮੇਰੇ ਸਾਹਮਣੇ ਪਿਆ, ਮੈਂ ਵੇਖ ਸਕਦਾ, ਮੈਂ ਛੂ ਸਕਦਾ, ਯਕੀਨ ਹੈ। ਮੈਂ ਤੁਹਾਨੂੰ ਨਜ਼ਰ ਆ ਰਿਹਾ ਕਿ ਨਹੀਂ? ਇਹ ਇਮਾਨ ਦੀ ਗੱਲ ਹੈ ਕਿ ਯਕੀਨ ਦੀ? ਯਕੀਨ, ਤੁਸੀਂ ਮੈਨੂੰ ਨਜ਼ਰ ਆ ਰਿਹਾ, ਇਹ ਯਕੀਨ ਦੀ ਗੱਲ ਹੈ। ਔਰ ਇਮਾਨ, ਯਕੀਨ ਵੀ ਪਾਵਰ ਹੈ, ਤੁਸੀਂ ਬੈਠੇ ਹੋ। ਇਮਾਨ ਕਿਹੜਾ ਪਾਵਰ ਹੈ? ਨਜ਼ਰ ਵੀ ਨਾ ਆਵੇ ਅਤੇ ਫਿਰ ਵੀ ਮੰਨਾਂ ਕਿਉਂ ਹੈ? ਨਜ਼ਰ ਵੀ ਨਾ ਆਵੇ ਅਤੇ ਫਿਰ ਵੀ ਮੰਨਾਂ ਕਿ ਉਹ ਮੌਜੂਦ ਹੈ। ਅਣਦੇਖੀ ਚੀਜ਼ਾਂ ਪਰ ਯਕੀਨ ਕਰਨਾ ਇਮਾਨ ਹੈ। ਠੀਕ ਹੋ ਗਿਆ ਜੀ? ਅਮਾਲ ਕੀ ਨੇ? ਅਮਾਲ ਕੀ ਨੇ? ਅਮਲ, ਕੰਮ। ਇਮਾਨ ਹੈ, ਕੰਮ ਘਰੋਂ ਚੱਲ ਕੇ ਗਿਰਜੇ ਆਇਓ, ਆਇਓ ਕਿ ਨਹੀਂ? ਇਹ ਅਮਲ ਕੀਤਾ ਜੇ ਕਿ ਨਹੀਂ ਕੀਤਾ?
ਚੱਲ ਕੇ ਆਉਣਾ ਅਮਲ ਹੈ, ਦੁਆ ਕੀਤੀ ਜੇ ਅਮਲ ਹੈ, ਗੀਤ ਗਾ ਰਹੇ ਹੋ ਅਮਲ ਹੈ, ਅਮਲ ਦਾ ਮਤਲਬ ਵੀ ਕੋਈ ਕੰਮ, ਕੋਈ ਕੰਮ ਕਰਨਾ। ਅੱਜ ਤਿਲਾਵਤ ਕੀ ਹੈ? ਇਮਾਨ, ਇਮਾਨ ਕੇ ਬਗੈਰ ਮੁਰਦਾ। ਮੈਂ ਇਮਾਨ ਰੱਖਣਾ ਵਾਂ ਖੁਦਾ 'ਤੇ, ਮੈਂ ਮੰਨਦਾ ਉਹਨੂੰ, ਮੈਂ ਮੰਨਦਾ ਵਾਂ ਕਿ ਖੁਦਾ ਪਿਆਰ ਹੈ, ਮੈਂ ਮੰਨਦਾ, ਪਰ ਮੈਂ ਕਿਸੇ ਦੀ ਮਦਦ ਕਰਨ ਲਈ ਤਿਆਰ ਨਹੀਂ। ਉਹਨੇ ਮੰਗਿਆ ਕੀ ਹੈ? ਕੱਪੜੇ ਅਤੇ ਰੋਟੀ, ਅਤੇ ਇਹਨੇ ਦਿੱਤਾ ਕੀ ਹੈ? ਦੁਆ। ਉਹ ਲੈਣ ਕੀ ਆਇਆ ਸੀ? ਰੋਟੀ ਅਤੇ ਕੱਪੜਾ, ਅਤੇ ਇਹਨੇ ਅੱਗੋਂ ਕੀ ਦੇ ਦਿੱਤਾ ਹੈ? ਬਸ ਦੁਆ। ਮੁਕੱਦਸ ਯਕੂਬ ਸੁਣਾਉਂਦਾ, ਤੁਹਾਡੇ ਕੋਲ ਘਰ ਆ ਗਿਆ, ਬੜਾ ਇਮਾਨ ਤੁਹਾਡੇ ਕੋਲ ਹੈ, ਉਹਨੇ ਆ ਕੇ ਕੀ ਮੰਗਿਆ? ਰੋਟੀ ਅਤੇ ਕੱਪੜਾ ਮੰਗਿਆ। ਉਹਨੇ ਨਹੀਂ ਕਿਹਾ ਮੇਰੇ ਲਈ ਦੁਆ ਕਰੋ, ਅਤੇ ਤੁਸੀਂ ਅੱਗੋਂ ਕੀ ਦੇ ਦਿੱਤਾ? ਦੁਆ ਨਾਲ ਉਹਦਾ ਪੇਟ ਭਰ ਗਿਆ, ਦੁਆ ਨਾਲ ਉਹਦੇ ਕੱਪੜਿਆਂ ਨੂੰ ਮਿਲ ਗਿਆ ਨਹੀਂ? ਮੁਕੱਦਸ ਯਕੂਬ ਰਸੂਲ ਕਹਿੰਦਾ, ਉਹ ਭਾਈ ਹਾਂਜੀ, ਇਮਾਨ, ਇਮਾਨ ਤਾਂ ਬਹੁਤ, ਮੈਂ ਯਸੂ 'ਤੇ ਇਮਾਨ ਰੱਖਣਾ, ਮੈਂ ਖੁਦਾ 'ਤੇ ਇਮਾਨ ਰੱਖਣਾ, ਬਿਲਕੁਲ ਬਹੁਤ ਅੱਛੀ ਗੱਲ ਹੈ, ਮੈਂ ਦੁਆ ਕਰਨਾ ਬਹੁਤ ਅੱਛੀ ਗੱਲ ਹੈ, ਪਰ ਉਹ ਕੱਪੜੇ ਲੈਣ ਆਇਆ, ਉਹ ਰੋਟੀ ਮੰਗੇ ਪਿਆ ਹੈ, ਅਤੇ ਉਹਨੂੰ ਵੀ ਕੀ ਦੇ ਦਿੱਤਾ ਹੈ? ਦੁਆ ਦੇ ਦਿੱਤੀ। ਅਤੇ ਦੁਆ ਕੀ ਦਿੱਤੀ ਹੈ? ਜਾ, ਖੁਦਾ ਤੈਨੂੰ ਬਰਕਤ ਦੇਵੇ, ਤੂੰ ਸਲਾਮਤ ਰਵੇ, ਤੂੰ ਗਰਮ ਰਹਿ, ਬਈ ਕੱਪੜੇ ਤਾਂ ਤੂੰ ਦਿੱਤੇ ਕੋਈ ਨਹੀਂ, ਗਰਮ ਕਾਹਦੇ ਨਾਲ ਰਵੇ? ਤੇਰੀਆਂ ਦੁਆਵਾਂ ਨਾਲ। ਦੁਆ ਤਾਂ ਹੈ, ਇਮਾਨ ਤਾਂ ਹੈ, ਹੁਣ ਕਮੀ ਕਿਹਦੀ ਹੈ? ਅਮਲ ਕੀਤਾ ਨਹੀਂ ਹੈ, ਕਿਹਾ ਜ਼ਰੂਰ ਹੈ, ਕੀਤਾ ਕੋਈ ਨਹੀਂ। ਬਈ ਗੱਲ ਦੀ ਸਮਝ ਆ ਰਹੀ? ਦੁਆਵਾਂ ਢੇਰ, ਅਤੇ ਅੱਗੋਂ ਕਿਸੇ ਨੇ ਕਿਹਾ, ਯਾਰ ਇੰਨੀ ਮੁਨਾਦੀ ਕਰਨਾ ਪਿਆਰ ਦੀ, ਇੰਨੀਆਂ ਦੁਆਵਾਂ ਕਰਨਾ ਪਿਆਰ ਦੀ, ਉਹ ਰੋਟੀ ਲੈਣ ਆਇਆ, ਦੇ, ਅਮਲ ਵੀ ਕਰ ਬਈ, ਦੁਆ ਜੋ ਕਰਨ ਡਿਆ ਹੈ। ਹਾਂਜੀ, ਮੁਹੱਬਤ ਹੈ, ਪਿਆਰ ਹੈ, ਸਾਨੂੰ ਖੁਦਾ ਦੇ ਹੁਕਮਾਂ 'ਤੇ ਅਮਲ ਕਰਨਾ ਚਾਹੀਦਾ। ਅਤੇ ਖੁਦਾ ਦਾ ਹੁਕਮ ਕੀ ਹੈ? ਤੂੰ ਆਪਣੇ ਹਮਸਾਏ ਕੋ ਆਪਣੀ ਮਾਨਦ, ਰੋਟੀ ਖਾ ਕੇ ਸੁੱਤਾ ਨਾ, ਉਹ ਆਇਆ ਦੇ ਉਹਨੂੰ ਹੁਣ। ਅੱਜ ਕੱਲ੍ਹ ਤੁਸੀਂ ਗੌਰ ਕੀਤਾ, ਇਹਨਾਂ ਨਮਾਜ਼ਾਂ ਦਾ ਜ਼ੋਰ ਹੈ ਜਿਹਦਾ ਹਿਸਾਬ ਹੀ ਕੋਈ ਨਹੀਂ। ਚਾਰ ਚੁਫੇਰੇ ਉੱਠੋ, ਦੁਆ ਕਰੋ, ਪ੍ਰਸਤਸ਼ ਕਰੋ, ਯੇ ਕਰੋ, ਵੋ ਕਰੋ, ਅਤੇ ਕੋਈ ਭਰਾ ਆ ਜਾਵੇ ਨਾ, ਹਾਂਜੀ, ਥੋੜ੍ਹੀ ਜਿਹੀ ਮਦਦ ਕਰਿਓ, ਹਾਂ ਮੈਂ ਤੇਰੇ ਲਈ ਦੁਆ ਕਰਾਂਗਾ, ਉਹ ਭਰਾ ਦੁਆ ਜ਼ਰੂਰ ਕਰ, ਮੇਰੇ ਲਈ ਦੁਆ ਜ਼ਰੂਰ ਕਰ, ਦੁਆ ਤੋਂ ਮਨਾ ਨਹੀਂ ਹੈ, ਪਰ ਦੁਆ ਦੇ ਨਾਲ ਨਾਲ ਕੀ ਕਰ ਹੈ? ਅਮਲ ਵੀ ਕਰ। ਹੁਕਮ ਇਹ ਨਹੀਂ ਹੈ ਕਿ ਤੂੰ ਆਪਣੇ ਹਮਸਾਇਕ ਲਈ ਇਹ ਦੁਆ ਕਰ, ਕਿੱਥੇ ਲਿਖਿਆ ਜੇ ਦੱਸੋ ਮੈਨੂੰ, ਕਿੱਥੇ ਲਿਖਿਆ? ਹਾਂ, 25 ਪਾਪ 'ਚ ਇੱਕ ਹੋਰ ਹੁਕਮ ਲਿਖਿਆ ਜੇ, ਮੈਂ ਤੁਹਾਡੇ ਕੋਲ ਆਇਆ, ਮੈਂ ਭੂਕਾ ਥਾ ਔਰ ਤੁਮਨੇ ਮੁਝੇ, ਮੈਂ ਪਿਆਸਾ ਥਾ ਔਰ ਤੁਮਨੇ ਮੁਝੇ, ਉੱਥੇ ਨਹੀਂ ਲਿਖਿਆ ਤੂੰ ਅੱਗੋਂ ਮੇਰੇ ਲਈ ਦੁਆ ਕੀਤੀ ਹੈ, ਨਹੀਂ, ਮੈਂ ਭੁੱਖਾ ਤਾਂ ਤੁਮਨੇ ਮੁਝੇ ਖਾਣੇ ਕੋ ਦਿਆ, ਉਹ ਅਮਲ ਕੀਤਾ ਹੀ, ਮੇਰੀ ਤਾਲੀਮ 'ਤੇ ਅਮਲ ਕੀਤਾ ਹੈ। ਹੁਕਮ ਕੀ ਹੈ? ਕਰ, ਮਦਦ ਕਰ, ਇਹਦੀ ਜ਼ਰੂਰਤ ਪੂਰੀ ਕਰ, ਉਹਨੇ ਤੇਰੇ ਕੋਲ ਮੰਗਿਆ। ਕੌਣ ਬੰਦਾ, ਜਦੋਂ ਬੰਦਾ ਕਿਸੇ ਕੋਲ ਮੰਗਣ ਆਉਂਦਾ ਨਾ,
ਉਹ ਆਪਣਾ ਵਿਚਾਰਾ ਕੱਟ ਕੇ ਆਉਂਦਾ, ਆਪਣੀ ਅਨਾ ਮਾਰ ਕੇ ਆਉਂਦਾ, ਹੈਂਜੀ ਹੈ ਕਿ ਨਹੀਂ? ਕਦੀ ਕਿਸੇ ਕੋਲ ਉਧਾਰ ਮੰਗਣ ਗਏ ਹੋ? ਸੋਵਰ ਅਸੀਂ ਤਾਂ ਪੰਜਾਬੀ ਲੋਕ ਉਂਝ ਹੀ ਕਮਾਲ ਆ, ਸਾਡੇ ਘਰ ਪੈਸੇ ਪੈ ਵੀ ਹੁਣ ਤਾਂ ਅਸੀਂ ਉਧਾਰ ਮੰਗ ਲੈਂਦੇ ਹਾਂ। ਦੇ ਜ਼ਰੂਰਤ ਪੂਰੀ ਕਰ, ਉਹ ਮੁਸ਼ਕਲ 'ਚ ਸ਼ਾਇਦ ਉਹਦਾ ਬੱਚਾ ਬਿਮਾਰ ਹੈ, ਉਹਨੂੰ ਦੇ। ਮੈਂ ਗਲਤ ਨਾ ਸਮਝੋ, ਮੈਂ ਇਹ ਨਹੀਂ ਕਹਿ ਰਿਹਾ ਦੁਆ ਨਾ ਕਰਿਓ, ਪਰ ਖਾਲੀ ਦੁਆ ਨਾ ਕਰਿਓ, ਖਾਲੀ ਦੁਆ ਨਾ ਕਰਿਓ। ਯਿਸੂ ਮਸੀਹ ਕਹਿੰਦਾ ਮੈਂ ਭੂਖਾ ਥਾ, ਤੁਮਨੇ ਮੁਝੇ ਖਾਣੇ ਕੋ ਦਿਆ, ਮੈਂ ਪਿਆਸਾ ਥਾ, ਪੀਨੇ ਕੋ ਦਿਆ, ਮੈਂ ਬਿਮਾਰ ਸਾਂ, ਮੇਰੇ ਕੋਲ ਚੱਲ ਕੇ ਆਏ। ਅੱਜ ਦੁਨੀਆਂ 'ਚ ਨਾ ਦੁਆਵਾਂ ਬੜੀਆਂ ਹੋਣ ਡੀਆਂ ਨੇ, ਅਤੇ ਕੀ ਨਹੀਂ ਹੋਣ ਡਿਆ, ਅਮਲ ਕੋਈ ਨਹੀਂ। ਦੁਨੀਆਂ ਦੇ ਨਾ ਬੇਸ਼ਤਰ ਮਜ਼ਹਬ ਦੁਆਵਾਂ ਹੀ ਰਹਿ ਗਏ ਨੇ, ਅਤੇ ਪਾਕਿਸਤਾਨ 'ਚ ਵੀ ਨਾ ਢੇਰ ਦੁਆਵਾਂ ਕਰ ਕਰਕੇ ਅਸੀਂ ਮਸੀਹੀ ਮਜ਼ਹਬ ਨੂੰ ਵੀ ਸਿਰਫ ਦੁਆਵਾਂ ਹੀ ਬਣਾ ਛੱਡਿਆ ਨਾ। ਦੁਆਵਾਂ ਜ਼ਰੂਰ, ਦੁਬਾਰਾ ਦੁਹਰਾਉਣਾ ਵਾ, ਦੁਆਵਾਂ ਜ਼ਰੂਰ, ਪਰ ਅਮਲ ਵੀ। ਦੁਆ ਹੀ ਨਾ ਕਰਾ, ਖੁਦਾ ਮੈਨੂੰ ਨੇਕ ਬਣਾ, ਨੇਕ ਬਣਵੀਂ ਦੁਆ ਕਰਨਾ, ਖੁਦਾ ਬੰਦਾ ਮੈਨੂੰ ਸੱਚਾਈ ਦੀ ਤਾਲੀਮ ਦੇ, ਬਹੁਤ ਅੱਛੀ ਗੱਲ ਹੈ ਦੁਆ ਕੀਤੀ ਹੋ, ਪਰ ਸੱਚਾ ਸੱਚ ਬੋਲ ਵੀ, ਬੋਲ ਵੀ, ਅਮਲ ਵੀ ਹੋਣ। ਖਾਲੀ ਦੁਆਵਾਂ ਨਾਲ ਨਹੀਂ, ਖਾਲੀ ਇਮਾਨ ਦੇ ਨਾਲ ਨਹੀਂ, ਅਮਲ ਦੇ ਨਾਲ ਨਹੀਂ। ਬੇਸ਼ੱਕ ਜਦੋਂ ਅਸੀਂ ਦੁਆ ਕਰਦੇ ਹਾਂ, ਇਮਾਨ ਰੱਖਦੇ ਹਾਂ, ਅਸੀਂ ਯਿਸੂ 'ਤੇ ਇਮਾਨ ਰੱਖਦੇ ਹਾਂ ਕਿ ਯਿਸੂ ਸਲੀਬ ਉੱਤੇ ਮਰ ਕੇ ਸਾਨੂੰ ਨਜਾਤ ਦਿੱਤੀ ਹੈ, ਆਮੀਨ, ਪਰ ਨਾਲ ਉਹਨੇ ਹੁਕਮ ਹੀ ਦਿੱਤਾ ਹੈ ਇੱਕ ਦੂਸਰੇ ਕੋ ਪਿਆਰ ਕਰੋ। ਤੁਹਾਨੂੰ ਪਤਾ ਹੈ ਕੈਥਲਿਕ ਇਮਾਨ 'ਚ ਅਤੇ ਦੂਜੀਆਂ ਮਿਸ਼ਨਾਂ ਦੇ ਇਮਾਨ 'ਚ ਇੱਕ ਫਰਕ ਕੀ ਹੈ? ਬਹੁਤ ਸਾਰੇ ਫਰਕ ਨੇ, ਉਹਨਾਂ 'ਚੋਂ ਇੱਕ ਫਰਕ ਅੱਜ ਸਿਖਾਵਾਂਗਾ। ਕੈਥਲਿਕ ਕਲੀਸਿਆ ਅਤੇ ਦੂਜੀਆਂ ਮਿਸ਼ਨਾਂ 'ਚ ਇੱਕ ਫਰਕ ਹੈ, ਉਹ ਕਹਿੰਦੇ ਨੇ ਯਿਸੂ ਸਾਡੇ ਲਈ ਕੁਰਬਾਨ ਹੋ ਗਿਆ, ਸਾਨੂੰ ਹੁਣ ਕੁਝ ਕਰਨ ਦੀ ਲੋੜ ਨਹੀਂ, ਯਿਸੂ ਸਾਡੇ ਲਈ ਮਰ ਗਿਆ, ਸਾਡੇ ਗੁਨਾਹਾਂ ਦਾ ਫਿਦੀਆ ਦੇ ਦਿੱਤਾ, ਸਾਨੂੰ ਨਜਾਤ ਮਿਲ ਗਈ, ਆਮੀਨ। ਦੁਹਰਾਵਾਂ ਕਿ ਯਿਸੂ ਮਸੀਹ ਨੇ ਸਲੀਬ ਉੱਤੇ ਸਾਡੇ ਲਈ ਜਾਨ ਕੁਰਬਾਨ ਕੀਤੀ, ਸਾਡੇ ਵਾਸਤੇ ਸਾਡੇ ਗੁਨਾਹਾਂ ਦੀ ਮਾਫੀ ਲਈ, ਬਸ ਸਾਨੂੰ ਹੁਣ ਕੁਝ ਵੀ ਕਰਨ ਦੀ ਲੋੜ ਨਹੀਂ। ਕੈਥਲਿਕ ਕਲੀਸਿਆ ਇਹ ਗੱਲ ਮੰਨਦੀ ਹੈ, ਸਾਡਾ ਪਹਿਲਾ ਇਮਾਨ ਇਹ ਹੋਈ ਹੈ ਕਿ ਯਿਸੂ ਮਸੀਹ ਦੇ ਸਾਡੇ ਗੁਨਾਹਗਾਰਾਂ ਲਈ ਜਾਨ ਦਿੱਤੀ, ਸਾਨੂੰ ਮਾਫ ਕੀਤਾ, ਜੰਨਤ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਇਹ ਉਹਨਾਂ ਦਾ ਵੀ ਇਮਾਨ ਹੈ ਅਤੇ ਸਾਡਾ ਵੀ ਇਮਾਨ ਹੈ। ਫਰਕ ਕਿੱਥੇ ਆ? ਫਰਕ ਇੱਥੇ ਵਾ, ਉਹ ਕਹਿੰਦੇ ਨੇ ਸਾਨੂੰ ਕੁਝ ਵੀ ਹੁਣ ਕਰਨ ਦੀ ਲੋੜ ਨਹੀਂ। ਕੈਥਲਿਕ ਕਲੀਸਿਆ ਦੀ ਨਾ ਲੋੜ ਹੈ, ਲੋੜ ਹੈ, ਯਿਸੂ ਨੇ ਮੇਰੇ ਲਈ ਜਾਨ ਦਿੱਤੀ ਹੈ, ਠੀਕ ਹੈ, ਉਹ ਮੇਰੇ ਲਈ ਕੁਰਬਾਨ ਹੋਇਆ, ਉਹਨੇ ਮੇਰੇ ਲਈ ਫਸਲ ਮੰਗਿਆ, ਮੈਂ ਬਚਣਾ ਯਿਸੂ ਦੇ ਜ਼ਰੀਏ ਹੀ ਹੈ, ਜੇ ਬਚਣਾ ਨਾ ਤਾਂ ਯਿਸੂ ਨੇ ਬਚਾਉਣਾ, ਠੀਕ ਹੈ ਜੀ, ਕੋਈ ਗੱਲ ਨਹੀਂ। ਅਸੀਂ ਕੈਥਲਿਕ ਵੀ ਅਤੇ ਪ੍ਰੋਟੈਸਟੈਂਟ ਇਸ ਗੱਲ 'ਤੇ ਮੁਤਫਿਕ ਹਾਂ ਕਿ ਸਾਡਾ ਫਿਦੀਆ ਯਿਸੂ ਨੇ ਦਿੱਤਾ ਹੈ, ਬਚਾਉਣ ਵਾਲਾ ਉਹ ਹੀ ਹੈ ਅਤੇ ਉਹਨੇ ਹੀ ਬਚਾਉਣਾ,
ਤੇ ਜਿਹੜਾ ਯਸੂ ਤੇ ਇਮਾਨ ਰੱਖੇਗਾ ਉਹੀ ਬਚੇਗਾ। ਆਮੀਨ। ਪਰ ਉਹ ਕਹਿੰਦੇ ਨੇ ਹੁਣ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਅਸੀਂ ਆਨੇ ਨਾ, ਜ਼ਰੂਰਤ ਹੈ ਅੱਛੀ ਜ਼ਿੰਦਗੀ, ਨੇਕ ਜ਼ਿੰਦਗੀ। ਮਤਲਬ ਹੁਣ ਯਸੂ ਨੇ ਤਾਂ ਬਚਾ ਦਿੱਤਾ ਤੇ ਮੈਂ ਹੁਣ ਗੁਨਾਹ ਕਰੀ ਜਾਵਾਂ, ਬਸ ਇਹ ਕਹਿ ਕੇ ਜੋ ਮਰਜ਼ੀ ਕਰੀ ਜਾਵਾਂ। ਯਸੂ ਨੇ ਮੇਰੇ ਲਈ ਫਿਦੀਆ ਦੇ ਦਿੱਤਾ ਹੈ, ਹੁਣ ਮੈਂ ਜੋ ਮਰਜ਼ੀ ਕਰੀ ਜਾਵਾਂ। ਕੈਥਲਿਕ ਕਹਿੰਦੇ ਨੇ ਨਾ, ਇਮਾਨ ਇਮਾਲ ਕੇ ਬਗੈਰ ਮੁਰਦਾ। ਇਮਾਨ ਤਾਂ ਹੈ ਕਿ ਯਸੂ ਨੇ ਮੇਰਾ ਫਿਦੀਆ ਦਿੱਤਾ, ਉਹ ਮੇਰੇ ਲਈ ਕੁਰਬਾਨ ਹੋਇਆ, ਮੈਂ ਉਹਦੇ ਫਜ਼ਲ ਤੇ ਉਹਦੀ ਕੁਰਬਾਨੀ ਤੇ ਉਹਦੇ ਲਹੂ ਨਾਲ ਬਚਾਂਗਾ। ਆਮੀਨ। ਕੈਥਲਿਕ ਵੀ ਇਹ ਮੰਨਦੇ ਨੇ, ਲੇਕਿਨ ਕੈਥਲਿਕ ਕਹਿੰਦੇ ਨੇ ਅਮਲ ਵੀ ਕਰੋ, ਯਸੂ ਦੇ ਹੁਕਮਾਂ ਤੇ ਅਮਲ ਵੀ ਕਰੋ। ਸਿਰਫ ਇਮਾਨ ਨਾ ਰੱਖੋ ਕਿ ਉਹ ਯਸੂ ਮਰ ਗਿਆ ਤੇ ਜੀ ਉੱਠਿਆ, ਬਸ ਉਹਦੇ ਨਾਲ ਸਾਡਾ ਵੀ ਕੰਮ ਹੋ ਗਿਆ। ਆਮੀਨ। ਠੀਕ ਹੈ, ਲੇਕਿਨ ਉਹਦਾ ਹੁਕਮ ਹੀ ਪੂਰਾ ਕਰੋ। ਤੁਮ ਇੱਕ ਦੂਸਰੇ ਕੋ ਪਿਆਰ ਕਰੋ। ਯਸੂ ਨੇ ਇਹ ਤਾਂ ਨਹੀਂ ਕਿਹਾ ਕਿ ਬਈ ਮੈਂ ਕੁਰਬਾਨੀ ਕਰਤੀ ਤੁਹਾਨੂੰ, ਤੁਸੀਂ ਨਾ ਕੁਛ ਵੀ ਕਰਿਓ। ਯਸੂ ਨੇ ਕਿਹਾ ਨਾ, ਤੁਮ ਇੱਕ ਦੂਸਰੇ ਕੋ ਪਿਆਰ ਕਰੋ, ਜਿਸ ਤਰ੍ਹਾਂ ਮੈਨੇ ਤੁਮੇ ਪਿਆਰ ਕੀਆ ਹੈ ਤੁਮ ਵੀ ਇੱਕ ਦੂਸਰੇ ਕੋ ਪਿਆਰ ਕਰੋ। ਬਸ ਅੱਜ ਮੈਂ ਇਸੇ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ, ਕਿਉਂਕਿ ਅੱਜ ਕੱਲ੍ਹ ਇੱਕ ਐਸਾ ਮਾਹੌਲ ਬਣ ਗਿਆ, ਦੁਆ ਦੁਆ ਅਤੇ ਦੁਆ। ਜ਼ਰੂਰ ਦੁਆ ਕਰਨੀ ਹੈ, ਇਹ ਮੈਂ ਨਹੀਂ ਕਹਿ ਰਿਹਾ ਜੀ, ਦੁਆ ਜ਼ਰੂਰ ਕਰਨੀ ਹੈ, ਇਮਾਨ ਜ਼ਰੂਰ ਰੱਖਣਾ। ਇਮਾਨ ਪਾਵਰ ਹੈ, ਨਜਾਤ ਇਮਾਨ ਨਾਲ ਵੀ ਮਿਲਣੀ ਹੈ। ਯਸੂ ਨੇ ਵੀ ਇਹ ਕਿਹਾ ਸੀ, ਖੁਦਾ ਨੇ ਦੁਨੀਆ ਸੇ ਐਸਾ ਪਿਆਰ ਕੀਆ ਕਿ ਉਸਨੇ ਆਪਣਾ ਇਕਲੌਤਾ ਬੇਟਾ, ਕਾਹਦੇ ਲਈ? ਤਾਂ ਕਿ ਜੋ ਕੋਈ ਉਸ ਪਰ ਇਮਾਨ, ਇਮਾਨ ਬਹੁਤ ਜ਼ਰੂਰੀ ਹੈ, ਪਰ ਸਿਰਫ ਇਮਾਨ ਨਹੀਂ ਅਮਾਲ ਵੀ। ਜੋ ਯਸੂ ਨੇ ਕੀਤਾ ਹੈ ਉਹਦੇ ਨਾਲ ਜ਼ਿੰਦਗੀ ਮਿਲੇਗੀ, ਮਰ ਗਿਆ ਅਤੇ ਜੀ ਉੱਠਿਆ ਉਹਦੇ ਨਾਲ ਜ਼ਿੰਦਗੀ ਮਿਲੇਗੀ, ਪਰ ਅਮਾਲ ਅਮਲ, ਯਸੂ ਦੀ ਤਾਲੀਮ 'ਤੇ ਚੱਲਣਾ। ਅੱਜ ਇਹੋ ਹੀ ਤਾਂ ਮੁਕੱਦਸ ਯਕੂਬ ਸੁਲ ਕਹਿੰਦਾ, ਉਹ ਇਮਾਨ ਤਾਂ ਬੜਾ ਹੈ, ਅਤੇ ਮੁੜ ਕੇ ਤੁਹਾਡਾ ਇੱਕ ਭਰਾ ਆਉਂਦਾ ਕਹਿੰਦਾ ਯਾਰ ਰੋਟੀ ਦੇਣਾ, ਅਤੇ ਉਹਨੂੰ ਕਹਿੰਦੇ ਹੋ, ਉਹਨੂੰ ਫਿਰ ਦੁਆ ਦੇ ਕੇ ਗਾਂਹ ਤੋਰ ਦਿੰਦੇ ਹੋ। ਨਹੀਂ, ਇਮਾਨ ਬੜਾ ਹੈ, ਉਹ ਕਹਿ ਰਹੇ ਨਾ ਵੀ ਅਮਲ ਵੀ ਕਰੋ, ਅਮਲ ਕਰੋ। ਸੋ ਜ਼ਿੰਦਗੀ, ਆਪਣੀ ਜ਼ਿੰਦਗੀ ਮਿਲਣੀ ਹੈ ਯਸੂ 'ਤੇ ਇਮਾਨ ਰੱਖ ਕੇ ਅਤੇ ਉਹਦੀ ਹੁਕਮਾਂ 'ਤੇ ਅਮਲ ਕਰਕੇ। ਆਮੀਨ। ਦੋ ਚੀਜ਼ਾਂ ਕਾਹਦੇ ਨਾਲ? ਇਮਾਨ ਨਾਲ ਅਤੇ ਅਮਲਾਂ ਨਾਲ। ਯਸੂ 'ਤੇ ਇਮਾਨ ਰੱਖਣਾ ਅਤੇ ਯਸੂ ਦੀ ਤਾਲੀਮ 'ਤੇ ਅਮਲ ਕਰਨਾ। ਆਮੀਨ। ਆਖਰੀ ਗੱਲ ਕਹਿਣਾ ਚਾਹੁੰਦਾ, ਜ਼ਰੂਰ ਜ਼ਰੂਰ ਬਰ ਜ਼ਰੂਰ ਕੋਈ ਭੈਣ ਭਰਾ ਦੁੱਖ ਤਕਲੀਫ ਅਤੇ ਮੁਸ਼ਕਲ 'ਚ ਹੋਏ ਨਾ, ਉਹਦੀ ਮਦਦ ਕਰਨਾ ਜ਼ਰੂਰ, ਉਹਦੀ ਮਦਦ ਕਰਿਓ। ਇਮਾਨ ਤਾਂ ਰੱਖਦੇ ਯਸੂ 'ਤੇ, ਉਹਦੀ ਤਾਲੀਮ ਹੈ, ਇਹਦੀ ਮਦਦ ਕਰੋ, ਅਮਲ ਵੀ ਕਰਿਓ, ਅਮਲ ਕਰਿਓ। ਕਦੀ ਕੋਈ ਦੁੱਖ 'ਚ, ਕਦੀ ਕੋਈ ਤਕਲੀਫ 'ਚ ਅਮਲ ਕਰਿਓ। ਮੈਂ ਛੋਟੀ ਜਿਹੀ ਮਿਸਾਲ ਦੇਣ ਲੱਗਾ, ਕਦੀ ਕੋਈ ਸਾਡੇ ਪਿੰਡ 'ਚ ਕਦੀ ਕੋਈ ਬਿਮਾਰ ਹੋ ਜਾਂਦਾ ਸੀ ਨਾ, ਅਤੇ ਉਹ ਓਡੀ ਦੂਰੋਂ ਵੀ ਚੱਲ ਕੇ ਉਹਦੇ ਘਰ ਜਾਂਦੇ ਸਨ, ਕਾਹਦੇ ਲਈ? ਪਤਾ ਕਰਨ ਲਈ, ਉਹਦਾ ਹਾਲ ਪੁੱਛਣ ਲਈ।
ਆਪਣੇ ਘਰੋਂ ਉੱਠ ਕੇ ਜਾਣਾ ਇਹ ਅਮਲ ਹੈ ਵੇ ਕਿ ਨਹੀਂ? ਅਮਲ ਇਹ ਪਿਆਰ ਹੈ। ਅਤੇ ਹੁਣ ਤਾਂ ਆਪਣੇ ਘਰ 'ਚ ਅੱਬਾ ਰਾਤੀ ਹਾਏ ਹਾਏ ਕਰਦਾ ਅਤੇ ਸਵੇਰੇ ਉੱਠ ਕੇ ਪੁੱਛਦੇ ਨੇ ਅੱਬਾ ਕੀ ਹੋਇਆ ਰਾਤ ਨੂੰ, ਉੱਠ ਹਾਏ ਹਾਏ ਕਰਦਾ ਹਾਂ, ਉਦੋਂ ਨਹੀਂ ਉੱਠ ਕੇ ਪੁੱਛਿਆ। ਹੁਣ ਤਾਂ ਅੱਬਾ ਘਰ 'ਚ ਹਾਏ ਹਾਏ ਤਾਂ ਨਹੀਂ ਪਤਾ, ਅਤੇ ਸੱਤ ਘਰ ਛੱਡ ਕੇ ਕੌਣ ਹਾਲ ਪੁੱਛਣ ਜਾਂਦਾ? ਔਰ ਮੱਤੀ 25 ਬਾਬ 'ਚ ਕੀ ਲਿਖਿਆ ਹੈ, ਮੈਂ ਬਿਮਾਰ ਥਾ ਔਰ ਤੁਮ ਮੇਰੀ ਬਿਮਾਰ ਪੁਰਸੀ ਕਰਨੇ ਕੇ ਲੀਏ ਆਏ, ਮੈਂ ਭੁੱਖਾ ਥਾ ਤੁਮਨੇ ਮੁਝੇ ਖਾਣਾ ਖਿਲਾਇਆ, ਦੁਆ ਨਹੀਂ ਕੀਤੀ, ਤੁਮਨੇ ਮੁਝੇ ਖਾਣਾ ਖਿਲਾਇਆ, ਮੈਂ ਪਿਆਸਾ ਥਾ ਔਰ ਤੁਮਨੇ ਮੁਝੇ ਪਾਣੀ ਪਿਲਾਇਆ, ਦੁਆ ਨਹੀਂ ਦਿੱਤੀ। ਖਿਦਮਤ, ਇੱਕ ਦੂਜੇ ਦੇ ਕੰਮ ਆਉਣਾ, ਇੱਕ ਦੂਜੇ ਦੇ ਦੁੱਖਾਂ 'ਚ, ਇੱਕ ਦੂਜੇ ਦੀਆਂ ਮੁਸੀਬਤਾਂ 'ਚ, ਕਿਸੇ ਦੀਆਂ ਜ਼ਰੂਰਤਾਂ 'ਚ ਇੱਕ ਦੂਜੇ ਦੇ ਕੰਮ ਆਉਣਾ, ਇਹ ਬਹੁਤ ਵੱਡਾ ਮਜ਼ਹਬ ਹੈ ਔਰ ਮਸੀਹੀ ਤਾਲੀਮ ਹੈ। ਇਮਾਨ ਰੱਖੋ ਪਰ ਨਾਲ ਅਮਲ ਵੀ ਕਰੋ। ਮੇਰੀ ਅੱਜ ਦੁਆ ਹੈ, ਸੋਚੀਏ ਜ਼ਰੂਰ, ਦੁਆ ਤਾਂ ਕਰਕੇ ਸੁੱਤੇ ਹਾਂ, ਪਤਾ ਹੈ ਕਿ ਨਾਲ ਦੇ ਘਰ 'ਚ ਜ਼ਰੂਰਤਮੰਦ ਨੇ, ਨਹੀਂ ਨਹੀਂ ਪਤਾ ਕੀਤਾ, ਨਹੀਂ ਮਦਦ ਕੀਤੀ। ਪੁੱਛਿਓ ਆਪਣੇ ਆਪ ਨੂੰ, ਮੈਂ ਵੀ ਆਪਣੇ ਆਪ ਨੂੰ ਪੁੱਛਾਂ ਕਿ ਮੇਰੀ ਦੁਆ ਸੁਣੀ ਗਈ ਹੈ? ਮੈਂ ਦੁਆ ਕਰਾਂਗਾ, ਯਿਸੂ ਨੇ ਵਧੀਆ ਕੀ ਕਹਿਣਾ, ਆਪਣੇ ਗੁਆਂਢੀ ਨੂੰ ਤਾਂ ਪੁੱਛ ਲੈ ਪਹਿਲਾਂ, ਉਹਨੂੰ ਤਾਂ ਮਿਲ ਲੈ, ਤੁਸੀਂ ਮੈਨੂੰ ਦੱਸਿਓ। ਨੇਕ ਸਾਮਰੀ ਦੀ ਤਮਸੀਲ ਕਿਸੇ ਨੂੰ ਯਾਦ ਹੈ? ਨੇਕ ਸਾਮਰੀ ਦੀ, ਜਿਹਨੇ ਇੱਕ ਬੰਦਾ ਸੀ ਜਿਹਨੂੰ ਡਾਕੂ ਮਾਰ ਕੇ ਸੁੱਟ ਗਿਆ, ਨੇਕ ਸਾਮਰੀ ਨੇ ਕੀ ਕੀਤਾ ਸੀ ਉਸ ਜ਼ਖਮੀ ਦੇ ਨਾਲ? ਕੀ ਕੀਤਾ ਸੀ? ਦੁਆ ਨਹੀਂ ਸੀ ਕੀਤੀ, ਉਹਨੇ ਦੁਆ ਕੀਤੀ ਉਹਦੇ 'ਤੇ? ਕੋਈ ਨਹੀਂ, ਉਹਨੇ ਦੁਆ ਨਹੀਂ ਕੀਤੀ, ਦੁਆ ਕੀਤੀ ਹੈ। ਗੱਲ ਦੀ ਸਮਝ ਆਈ? ਉਹਨੇ ਨਹੀਂ ਆਖਿਆ ਚੱਲ ਮੈਂ ਹੁਣ ਤੇਰੇ ਲਈ ਦੁਆ ਕਰਨਾ ਵਾ, ਨਹੀਂ, ਦੁਆ ਨਹੀਂ ਕੀਤੀ, ਦੁਆ ਕੀਤੀ ਹੈ, ਉਹਦੇ ਜ਼ਖਮਾਂ 'ਤੇ ਮਰਹਮ ਲਗਾਈ ਹੈ। ਅਤੇ ਯਿਸੂ ਮਸੀਹ ਪਤਾ ਕੀ ਕਹਿ ਰਿਹਾ, ਇਹਦੇ ਅਗਰੇ ਬਣੋ, ਕਿਹਦੇ ਵਗਰੇ? ਕਿਹਦੇ ਵਗਰੇ? ਨੇਕ ਸਾਮਰੀ ਅਗਰੇ। ਉਹਨੇ ਦੁਆ ਨਹੀਂ ਕੀਤੀ, ਉਹਨੇ ਨੇਕੀ ਕੀਤੀ ਹੈ। ਮਸੀਹੀ ਮਜ਼ਹਬ ਅਮਲਾਂ ਦੀ ਗੱਲ ਕਰਦਾ ਜੀ, ਇਮਾਨ ਦੀ ਅਤੇ ਅਮਲਾਂ ਦੀ ਦੋਨੋਂ ਇਕੱਠੀ। ਕੈਥਲਿਕ ਕਲੀਸਿਆ ਸਿਖਾਉਂਦੀ ਹੈ ਇਮਾਨ ਵੀ ਅਤੇ ਅਮਲ ਵੀ। ਆਮੀਨ। ਯਿਸੂ 'ਤੇ ਇਮਾਨ ਰੱਖੀਏ ਪਰ ਨਾਲ ਉਹਦੀ ਤਾਲੀਮ 'ਤੇ ਅਮਲ ਵੀ ਕਰੀਏ ਅਤੇ ਜ਼ਿੰਦਗੀ ਪਾਵਾਂਗੇ ਮਸੀਹ ਖੁਦਾਵੰਦ ਕੇ ਵਸੀਲੇ ਸੇ। ਆਮੀਨ।